अरे रूम को खोल दे इसे। इसमें जीतों से नजर ही नहीं आता कलर। लकड़ी तो तुझे ज्यादा उठता होना है ना। अभी लकड़ी तो ज्यादा बेहतर। सही रहेगा, पॉलिश सही रहेगी दरवाजे में। वही ठीक है, मर्जी ढा दी काम की चीज अच्छी लग रही है। ਉਹਦੀ ਸ਼ਾਈਨਿੰਗ ਜ਼ਿਆਦਾ ਨਹੀਂ ਹੋਏਗੀ ਪਾਲਿਸ਼ ਦੇ ਵਿੱਚ ਦਰਵਾਜ਼ੇ ਦੀ ਸ਼ਾਈਨਿੰਗ ਭਾਈ ਅੱਜ ਵੀ ਹੋ ਗਿਆ ਅੱਜ ਵੀ ਆਈਏ। ਅੱਛਾ ਉਹ ਜੀ ਵੀ ਆ ਜਾਏਗੀ, ਉਹ ਕੋਈ ਇਸ਼ੂ ਨਹੀਂ ਹੈ। ਬਸ ਠੀਕ ਹੈ, ਸ਼ਾਈਨਿੰਗ ਹੋਏ ਤੇ ਓਕੇ। ਇਹ ਦੀਵਾਰ ਹੈ ਜੀ, ਠੀਕ ਹੈ। ਲੋਕ ਨਾ ਬਦਲਤ ਹੈ। ਬਸ ਸਾਰੀ ਚੱਲੀ ਹੈ ਚਾਹੇ। ਇਹਦੇ ਉੱਪਰ ਜਿਹੜੀ ਤਹਿ ਲਗਾਉਂਦੇ ਨੇ ਇਹਨੂੰ ਕੀ ਕਹਿੰਦੇ ਜੇ? ਦੀਵਾਰ ਦੇ ਉੱਪਰ ਜਿਹੜਾ ਸੀਲਿੰਗ ਹੈ, ਫਿਲਿੰਗ ਕਹਿੰਦੇ ਨੇ ਇਹਨੂੰ। ਗੁੱਡ, ਚਲੇ ਸਾਰਾ ਰੇਜ਼ਿੰਗ ਕੀਤਾ ਹੈ, ਬਿਲਿੰਗ ਕੀਤੀ ਹੈ, ਬਿਲਿੰਗ ਕਰਨ ਤੋਂ ਬਾਅਦ ਫਿਰ ਰੇਜ਼ਿੰਗ ਹੋਏਗਾ, ਫਿਰ ਹੋਊਗਾ। ਓਕੇ, ਯਾਨੀ ਕਿ ਉਹ ਜਿਹੜਾ ਤੁਸੀਂ ਪਹਿਲਾਂ ਰੇਖ ਬਾਰ ਮਾਰਿਆ ਉਹਦੇ ਨਾਲ ਪਲੇਨ ਹੋਇਆ ਥੋੜ੍ਹਾ? ਹਾਂਜੀ, ਉਹਨਾਂ ਗੰਦ ਲੱਗ ਗਿਆ ਤਾਂ ਠੀਕ ਹੈ, ਜਿੰਨਿਆਂ ਦੇ ਤੇ ਰਫ ਮਟੀਰੀਅਲ ਸੀ। हाँ प्लेन है बिल्कुल। अच्छा ओके, और ये जरा तुसीं ये कीता इहदा कोट, इहदे उत्ते कोई होर होना जो चीज़ नजर आने चाहिए ने। वैसे कह रहे हैं पॉलिश तरह दी थोड़ी नहीं हो सकती शाइन। हाँ जी, वो तो डिमांड है। ओके, ए दे रहे हैं मैट जो मैट ना, मैट के साथ मैट अटैच हो गया। ਮਾਸ਼ਾਅੱਲਾ, ਹੱਥ ਦੇ ਵਿੱਚ ਸਫਾਈ ਵੀ ਹੈ ਔਰ ਜੀ ਪਹਿਲੇ ਇਹ ਕਲਰ ਸੀ ਅਤੇ ਹੁਣ ਇਹ ਵਿੱਚ ਗ੍ਰੇਨ ਜਿਹੇ ਨੇ, ਲੱਕੜੀ ਤਰ੍ਹਾਂ ਦਾ ਹੀ ਲੱਗਦਾ ਲੇਕਿਨ ਇਹ